ਹਾਂਜੀ ਸਰਦਾਰ ਜੀ, ਆਪਣੇ ਗੁੜੀਆਂ ਨੂੰ ਅੰਦਰ ਜਾਣੇ ਤੇ ਰੋਕਿਆ, ਕਿਆ ਕਾਰਨ ਆ? ਕਿਉਂ? ਕਿਉਂਕਿ ਜਿਹੜਾ ਧਾਰਮਿਕ ਸਥਾਨ ਹੈ ਕੋਈ ਵੀ ਕਿਸੇ ਧਰਮ ਦਾ, ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ। ਸੋ ਇਸ ਮਰਿਆਦਾ ਦੇ ਵਿੱਚ ਆਉਂਦਾ ਹੈ ਕਿ ਅਸੀਂ ਇੱਥੋਂ ਦਾ ਇੱਥੇ ਪਹਿਰਾਵਾ ਠੀਕ ਰੱਖੀਏ, ਇੱਥੇ ਕੋਈ ਨਸ਼ਾ ਕਰਕੇ ਨਾ ਆਵੇ, ਨਸ਼ਾ ਲੈ ਕੇ ਨਾ ਆਵੇ। ਇਸ ਕਰਕੇ ਜਿਹੜੇ ਸਾਡੇ ਅਧਿਕਾਰੀ ਸਾਹਿਬਾਨ ਹੈ, ਜਿਹੜੇ ਸਾਡੇ ਪਹਿਰੇਦਾਰ ਨੇ, ਉਹ ਇਸ ਗੱਲ ਲਈ ਸੁਚੇਤ ਕਰਦੇ ਆ। ਕਿਨਾ ਪ੍ਰਬੰਧਕ ਨੌਜਵਾਨ ਸੀ, ਉਸਨੇ ਇਸ ਗੱਲ ਬਾਰੇ ਜ਼ਰੂਰ ਉਹਨਾਂ ਦੇ ਨਾਲ ਇਸ ਗੱਲ ਆਰਗੂ ਕੀਤਾ, ਪਰ ਉਸ ਉਹਨਾਂ ਵੱਲੋਂ ਪ੍ਰਵੋਕ ਕਰਨ ਤੋਂ ਬਾਅਦ ਉਸ ਅਧਿਕਾਰੀ ਵੱਲੋਂ ਕੁਛ ਗੱਲਾਂ ਬੋਲੀਆਂ ਗਈਆਂ। ਮੈਂ ਖੁੱਲ੍ਹੇ ਦਿਲ ਨਾਲ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ, ਜੇ ਕਿਸੇ ਵੀ ਯਾਤਰੂ ਦੇ ਮਨ ਦੇ ਵਿੱਚ ਉਸ ਦੇ ਨਾਲ ਦੁਰਵਿਵਹਾਰ ਦੀ ਗੱਲ ਆਈ ਆ, ਤਾਂ ਉਸ ਗੱਲ ਲਈ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਮਾਫ਼ੀ ਮੰਗਦਾ। ਕੀ ਉਹ ਜਾਣਦੇ ਨੇ ਲੋਕ ਕਿ ਇਸ ਤਿਰੰਗੇ ਨੂੰ ਅੱਜ ਇਹ ਦੁਨੀਆ ਦੇ ਵਿੱਚ ਸਨਮਾਨ ਮਿਲਦਾ, ਉਹਦਾ ਕਾਰਨ ਕੌਣ ਹੈ? 100 ਦੇ ਵਿੱਚੋਂ 90 ਸਿਰ ਕਿਹਨੇ ਦਿੱਤੇ? ਇਸ ਗੱਲ ਦਾ ਟਵੀਟ ਕੋਈ ਕਰੇਗਾ? ਹਿੰਮਤ ਹੈ? ਇਹਦੇ 'ਚ ਮਨਸ਼ਾ ਮਾੜੀ ਹੈ, ਇਹਦੇ 'ਚ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ। ਤੁਹਾਡੇ ਦੇਸ਼ ਦੇ ਵੱਲੋਂ ਕਿੰਨੇ ਸਿੱਖ ਨੁਮਾਇੰਦਗੀ ਕਰਦੇ ਨੇ? ਕਿਉਂ ਜੋੜ ਰਹੇ ਹੋ ਤੁਸੀਂ ਤਿਰੰਗੇ ਦੇ ਨਾਲ ਇਸ ਮਾਮਲੇ ਨੂੰ? ਉਸ ਬੱਚੇ ਦੇ ਮੂੰਹ ਦੇ ਉੱਤੇ ਜੇ 3 ਰੰਗ ਬਣ ਗਏ ਤਾਂ ਇਹਦਾ ਮਤਲਬ ਉਹ ਕਿੰਨਾ ਤਿਰੰਗਾ ਨਹੀਂ ਹੋ ਗਿਆ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਲੜਕੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਦੋਂ ਪਹੁੰਚਦੀ ਹੈ, ਪਰ ਉਸ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ। ਉਸ ਲੜਕੀ ਦੇ ਚਿਹਰੇ ਤੇ ਪੇਂਟ ਦੇ ਨਾਲ ਤਿਰੰਗਾ ਬਣਾਇਆ ਹੋਇਆ ਸੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਵਿੱਚ ਤੈਨਾਤ ਸੇਵਾਦਾਰ ਨੇ ਉਸ ਲੜਕੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਹਾਂਜੀ ਸਰਦਾਰ ਜੀ, ਆਪਣੇ ਗੁੜੀਆਂ ਨੂੰ ਅੰਦਰ ਜਾਣੇ ਤੇ ਰੋਕਿਆ, ਕਿਆ ਕਾਰਨ ਆ? ਕਿਉਂ? ਇੰਡੀਆ ਨਹੀਂ ਆਏ? ਭਾਈ ਸਾਹਿਬ ਇੰਡੀਆ ਨਹੀਂ ਆਏ? ਕਰੀਏ ਰਿਕਾਰਡਿੰਗ, ਕਰੀਏ ਰਿਕਾਰਡਿੰਗ, ਕਿਸੇ ਕਿਹਾ ਤਾ? ਨਹੀਂ, ਮੈਂ ਪੁੱਛੋ ਇੰਡੀਆ ਨਹੀਂ ਆਏ? ਭਾਈ ਸਾਹਿਬ ਗੁਰਦੁਆਰੇ, ਯੂ ਗੋਲਡਨ ਟੈਂਪਲ ਹੈ। ਆਪ ਹਮਾਰੇ ਪਾਕਿਸਤਾਨ ਪੇ ਆਏ ਹੋ ਜਾਂ ਇੰਡੀਆ ਮੇ ਆਏ ਹੋ? ਇੰਡੀਆ। ਬਕਵਾਸ ਬਾਤ ਬੋਲ ਰਹੇ ਹੋ ਆਪ, ਤੋ ਬੋਲ ਕੀ ਬਾਤ ਕੌਣ ਸੀ? ਹੋਰ ਕਿਆ? ਇੰਡੀਆ ਨਹੀਂ ਆਏ? ਇੰਡੀਆ ਨਹੀਂ ਆਏ? ਬਕਵਾਸ ਕੀ ਬਾਤ ਕੌਣ ਸੀ? ਆਪ ਜੀ, ਆਪ ਜੋ ਗੁੱਸਾ ਕਿਉਂ ਕਰ ਰਹੇ ਨਹੀਂ ਬਤਾਓ ਭਾਈ ਸਾਹਿਬ? ਆਪ ਤਾਂ ਮੇਰੀ ਧਾਰਮਿਕ ਤਰੀਕੇ ਤੇ ਬਾਤ ਕਰੋ। ਬਕਵਾਸ ਕੀ ਬਾਤ ਕੌਣ ਸੀ? ਬਕਵਾਸ ਕਿਉਂ ਬੋਲੇ ਆਪ? ਇੰਡੀਆ ਨੂੰ ਗਲਤ ਕਿਉਂ ਕਰ ਰਹੇ? ਬਕਵਾਸ ਕਿਉਂ ਬੋਲੇ? ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਦਰਸ਼ਨ ਕਰਨ ਜਾਣ ਤੋਂ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ। ਗੁਰੂ ਘਰ ਜਾਣ ਸਮੇਂ ਸੰਗਤ ਦੇ ਲਈ ਇੱਕ ਮਰਿਆਦਾ ਤੈਅ ਹੈ, ਇਸ ਮਰਿਆਦਾ ਵਿੱਚ ਹੀ ਸੰਗਤ ਨੂੰ ਗੁਰੂ ਘਰ ਆਉਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੇਵਾਦਾਰ ਵੱਲੋਂ ਕਿਸੇ ਨਾਲ ਹੱਥੋਪਾਈ ਨਹੀਂ ਕੀਤੀ ਗਈ, ਨਾ ਹੀ ਦੁਰਵਿਹਾਰ ਕੀਤਾ ਗਿਆ, ਜਦਕਿ ਉਸ ਲੜਕੀ ਦਾ ਪਹਿਰਾਵਾ ਠੀਕ ਨਾ ਹੋਣ ਕਾਰਨ ਲੜਕੀ ਨੂੰ ਰੋਕਿਆ ਗਿਆ। ਬੜਾ ਅਫਸੋਸ ਹੈ ਇਸ ਗੱਲ ਦਾ ਕਿ ਇਹ ਕਿਹੜਾ ਟਵੀਟ ਆਇਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿ ਦਿਆਂ ਕਿ ਇਹ ਜਿਹੜੇ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਅਸੀਂ ਸਾਰੇ ਸ਼ਾਮਿਲ ਹਾਂ, ਹਰ ਸਿੱਖ ਹੀ ਉਸ ਵਿੱਚ ਸ਼ਾਮਿਲ ਹੈ, ਪਰ ਕਿਉਂਕਿ ਸਾਡੀ ਸੇਵਾਦਾਰ ਦੇ ਤੌਰ 'ਤੇ ਡਿਊਟੀ ਲੱਗੀ ਆ, ਇਸ ਗੱਲ ਲਈ ਅਸੀਂ ਪਹਿਲਾਂ ਵੀ ਇਸ ਗੱਲ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਅਤੇ ਕਰ ਰਹੇ ਹਾਂ ਕਿ ਕੋਈ ਵੀ ਦੁਨੀਆ ਦੇ ਕਿਸੇ ਕੋਨੇ ਵਿੱਚ ਕਿਸੇ ਵੀ ਧਰਮ ਦਾ, ਕਿਸੇ ਵੀ ਦਿਸ਼ਾ, ਕਿਸੇ ਵੀ ਜਾਤ ਦਾ ਨਾਲ ਸੰਬੰਧਿਤ ਕੋਈ ਵੀ ਸ਼ਰਧਾਲੂ ਦੇ ਤੌਰ 'ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ 'ਚ ਆਉਂਦਾ, ਸਾਡੇ ਲਈ ਸਤਿਕਾਰਯੋਗ ਆ, ਨਤਮਸਤਕ ਆ, ਉਹਦੇ ਚਰਨਾਂ ਵਿੱਚ ਨਮਸਕਾਰ ਆ। ਉਹ ਇੱਥੇ ਆ ਕੇ ਕੀ ਕਰਦਾ? ਉਹ ਬਾਅਦ ਦੀਆਂ ਗੱਲਾਂ ਨੇ। ਪਿਛਲੇ ਦਿਨਾਂ ਦੇ ਵਿੱਚ ਕੁਛ ਸ਼ਰਾਰਤੀ ਲੋਕਾਂ ਨੇ ਇਸ ਤਰ੍ਹਾਂ ਦੇ ਇੱਥੇ ਆਯੋਜਨ ਕੀਤੇ। ਤੁਸੀਂ ਜਾਣਦੇ ਹੋ ਕਿ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਜਗਦੀਸ਼ ਟਰੈਕਟਰ ਨਾਂ ਦਾ ਬੰਦਾ ਉਸ ਵਿੱਚ ਪੂਰਨ ਤੌਰ 'ਤੇ ਦੋਸ਼ੀ ਹੈ। ਉਸ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਬਚਾਇਆ। ਉਸ ਦੇ ਬਾਰੇ ਦੇ ਵਿੱਚ ਇੱਕ ਵਿਅਕਤੀ ਆਉਂਦਾ, ਆਪਣੇ ਬੰਦਿਆਂ ਨੂੰ ਬਾਹਰ ਰੱਖਦਾ ਅਤੇ ਉਹ ਸਰੋਵਰ 'ਚ ਇਸ਼ਨਾਨ ਕਰਦਾ ਅਤੇ ਉੱਥੇ ਇੱਕ ਟੀ ਸ਼ਰਟ ਪਾਉਂਦਾ। ਉਹ ਟੀ ਸ਼ਰਟ ਦੇ ਉੱਤੇ ਜਗਦੀਸ਼ ਟਰੈਕਟਰ, ਜਿਹੜਾ ਸਿੱਖਾਂ ਦਾ ਕਾਤਲ ਹੈ, ਉਹਦੀ ਤਸਵੀਰ ਹੁੰਦੀ ਆ।
ਉਹ ਉੱਥੇ ਇਸ਼ਨਾਨ ਕਰਕੇ ਫੋਟੋ ਕਰਕੇ ਜਿਹਦੇ ਵਿੱਚ ਦਰਬਾਰ ਸਾਹਿਬ ਦੀ ਫੋਟੋ ਆਉਂਦੀ ਆ ਤਾਂ ਉੱਤੋਂ ਦੀ ਆਪਣੀ ਟੀ ਸ਼ਰਟ ਪਾ ਲੈਂਦਾ ਅਤੇ ਬਾਹਰ ਚਲਾ ਜਾਂਦਾ। ਤੁਸੀਂ ਇਹ ਦੇਖੋ ਕਿ ਉਹ ਇੱਕ ਸਿੱਖ ਸੀਗਾ, ਉਸ ਦੀ ਮਨ ਦੀ ਮਨਸ਼ਾ ਕਿਸ ਤਰ੍ਹਾਂ ਦੀ ਸੀ, ਉਸ ਗੱਲ ਬਾਰੇ ਕਦੇ ਸ਼ਾਇਦ ਕਿਸੇ ਨੇ ਨਹੀਂ ਸੋਚਿਆ। ਦੂਸਰੀ ਗੱਲ ਕਿ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੋਟੋਗ੍ਰਾਫੀ ਕਰਕੇ, ਕਿਉਂਕਿ ਜਿਹੜਾ ਧਾਰਮਿਕ ਸਥਾਨ ਆ ਕੋਈ ਵੀ ਕਿਸੇ ਧਰਮ ਦਾ, ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ। ਸੋ ਇਸ ਮਰਿਆਦਾ ਦੇ ਵਿੱਚ ਆਉਂਦਾ ਹੈ ਕਿ ਅਸੀਂ ਇੱਥੋਂ ਦਾ ਇੱਥੇ ਪਹਿਰਾਵਾ ਠੀਕ ਰੱਖੀਏ, ਇੱਥੇ ਕੋਈ ਨਸ਼ਾ ਕਰਕੇ ਨਾ ਆਵੇ, ਨਸ਼ਾ ਲੈ ਕੇ ਨਾ ਆਵੇ। ਇਸ ਕਰਕੇ ਜਿਹੜੇ ਸਾਡੇ ਅਧਿਕਾਰੀ ਸਾਹਿਬਾਨ ਆ, ਜਿਹੜੇ ਸਾਡੇ ਪਹਿਰੇਦਾਰ ਨੇ, ਉਹ ਇਸ ਗੱਲ ਲਈ ਸੁਚੇਤ ਕਰਦੇ ਆ। ਸੋ ਪਿਛਲੇ ਦਿਨਾਂ 'ਚ ਵਾਪਰੀਆਂ ਘਟਨਾਵਾਂ ਦੇ ਤੌਰ 'ਤੇ ਇੱਥੇ ਇੱਕ ਜ਼ਿੰਮੇਵਾਰ ਜਿਹੜਾ ਕਿਨਾ ਪ੍ਰਬੰਧਕ ਨੌਜਵਾਨ ਸੀ, ਉਸਨੇ ਇਸ ਗੱਲ ਬਾਰੇ ਜ਼ਰੂਰ ਉਹਨਾਂ ਦੇ ਨਾਲ ਇਸ ਗੱਲ ਦਾ ਆਰਗੂ ਕੀਤਾ, ਪਰ ਉਸ ਉਹਨਾਂ ਵੱਲੋਂ ਪ੍ਰਵੋਕ ਕਰਨ ਤੋਂ ਬਾਅਦ ਉਸ ਅਧਿਕਾਰੀ ਵੱਲੋਂ ਕੁਛ ਗੱਲਾਂ ਬੋਲੀਆਂ ਗਈਆਂ। ਮੈਂ ਖੁੱਲ੍ਹੇ ਦਿਲ ਨਾਲ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ, ਜੇ ਕਿਸੇ ਵੀ ਯਾਤਰੂ ਦੇ ਮਨ ਦੇ ਵਿੱਚ ਉਸ ਦੇ ਨਾਲ ਦੁਰਵਿਵਹਾਰ ਦੀ ਗੱਲ ਆਈ ਆ, ਤਾਂ ਉਸ ਗੱਲ ਲਈ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਮਾਫ਼ੀ ਮੰਗਦਾ, ਇੱਕ ਗੱਲ। ਦੂਸਰੀ ਗੱਲ, ਇਹ ਟਵੀਟ ਕਰਨ ਵਾਲੇ ਲੋਕਾਂ ਦੀ ਮਨਸ਼ਾ ਕੀ ਹੈ ਅਤੇ ਉਹ ਟਵੀਟ ਤੋਂ ਬਾਅਦ ਉਹਦੇ ਜਵਾਬ ਕਿਸ ਤਰ੍ਹਾਂ ਦਿੱਤੇ ਜਾ ਰਹੇ ਨੇ, ਮੈਨੂੰ ਲੱਗਦਾ ਕਿ ਮੇਰਾ ਜਿਹੜਾ ਸਿਰ ਹੈ ਉਹ ਸ਼ਰਮ ਨਾਲ ਝੁਕਦਾ, ਕਿਉਂਕਿ ਇਸ ਦੇਸ਼ 'ਚ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ। ਕੀ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਇਸੇ ਉਸ ਗੁਰੂ ਧਾਮ ਜਿਹਨੂੰ ਇਹ ਖਾਲਿਸਤਾਨ ਦੀ ਕਾਬਜ਼ ਹੋਣ ਦੀ ਗੱਲ ਕਰਦੇ ਆ, ਉਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ? ਕੀ ਉਹ ਜਾਣਦੇ ਨੇ ਇਹ ਲੋਕ ਕਿ ਇਸ ਤਿਰੰਗੇ ਨੂੰ ਅੱਜ ਇਹ ਦੁਨੀਆ ਦੇ ਵਿੱਚ ਸਨਮਾਨ ਮਿਲਦਾ, ਉਹਦਾ ਕਾਰਨ ਕੌਣ ਹੈ? 100 ਦੇ ਵਿੱਚੋਂ 90 ਸਿਰ ਕਿਹਨੇ ਦਿੱਤੇ? ਇਸ ਗੱਲ ਦਾ ਟਵੀਟ ਕੋਈ ਕਰੇਗਾ? ਹਿੰਮਤ ਹੈ? ਇਹਦੇ 'ਚ ਮਨਸ਼ਾ ਮਾੜੀ ਹੈ, ਇਹਦੇ 'ਚ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਸਿੱਖਾਂ ਦੇ ਧਾਰਮਿਕ ਪ੍ਰਬੰਧ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਮੈਂ ਚਾਹਾਂਗਾ ਕਿ ਜਿਹੜੇ ਲੋਕ ਅੱਜ ਟਵੀਟ ਕਰਕੇ ਇਸ 'ਤੇ ਸਵਾਲ ਕਰ ਰਹੇ ਨੇ, ਉਹ ਆਪਣੇ ਅੰਦਰ ਝਾਤੀ ਮਾਰਨ ਕਿ ਇਸ ਦੇਸ਼ ਨੂੰ ਯਾਦ ਕਿਹਨਾਂ ਨੇ ਕਰਵਾਇਆ, ਇਸ ਦੇਸ਼ ਦੇ ਆਗੂ ਜਿਹਨੂੰ ਮਹਾਤਮਾ ਗਾਂਧੀ ਮੰਨਦੇ ਆ, ਜਿਹਦੇ 'ਤੇ ਕਿਨਾ ਰਾਜਘਾਟ 'ਤੇ ਜਾ ਕੇ ਜਿਹਨੂੰ ਸਿਰ ਝੁਕਾਉਂਦੇ ਨੇ ਇੱਥੋਂ ਦੇ ਰਾਜਨੀਤਿਕ ਲੋਕ, ਉਹ ਗਾਂਧੀ ਨੇ ਇਹ ਗੱਲ ਕਹਿਤੀ ਸੀ ਕਿ ਇਸੇ ਦਰਬਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ਾਂ ਤੋਂ ਜਿਹੜੇ ਗੁਰਦੁਆਰੇ ਆਜ਼ਾਦ ਕਰਵਾਏ ਸੀ ਅਤੇ ਉਹਨਾਂ ਨੇ ਇਹ ਗੱਲ ਕਹੀ ਸੀ। ਇਹ ਗੱਲ ਸੁਣ ਲੈਣ ਅਤੇ ਪੜ੍ਹ ਲੈਣ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਆ। ਇਸ ਗੱਲ ਨੂੰ ਕਿਸੇ ਨੇ ਸੋਚਿਆ? ਇਹ ਗੱਲ ਸੋਚੀ ਕਿਸੇ ਨੇ? ਕਦੇ ਕਹੀ ਕਿਸੇ ਨੇ ਕਿ ਇਹ ਇੱਕ ਐਸਾ ਸਥਾਨ ਹੈ? ਮੇਰੀ ਇਹ ਗੱਲ ਕਹਿਣ 'ਤੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਕੋਈ ਗੱਲ ਨਹੀਂ, ਪਰ ਮੇਰੇ ਮਨ 'ਚ ਭਾਵਨਾ ਗਲਤ ਨਹੀਂ ਹੈ, ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਇਹ ਜਿਹੜਾ ਕਨਸੈਪਟ ਹੈ, ਇਸ ਕਨਸੈਪਟ ਦੀ ਕੋਈ ਕਦਰ ਕਰਕੇ ਟਵੀਟ ਕਰੇਗਾ? ਇਸ ਦੇਸ਼ ਦੇ ਅੰਦਰ ਬੜੇ ਬੜੇ ਕਿਨਾ ਮੰਦਰ ਨੇ, ਰੱਬ ਦੇ ਮੰਦਰ ਨੇ, ਭਗਵਾਨ ਦੇ ਮੰਦਰ ਨੇ, ਉਹਨਾਂ ਮੰਦਰਾਂ ਦੇ ਬਾਹਰ ਬੋਰਡ ਲੱਗੇ ਦਿਖਾਈ ਨਹੀਂ ਦੇ ਰਹੇ ਜਿੱਥੇ ਕਹਿੰਦੇ ਆ ਕਿ ਕਿਸੇ ਦੂਸਰੇ ਧਰਮ ਦਾ ਬੰਦਾ ਇੱਥੇ ਆ ਨਹੀਂ ਸਕਦਾ? ਕੀ ਕਿਸੇ ਧਰਮ ਦੇ ਧਾਰਮਿਕ ਸਥਾਨਾਂ 'ਤੇ ਜਾਣ 'ਤੇ ਰੋਕ ਆ? ਕਿਸੇ ਔਰਤ ਨੂੰ ਰੋਕ ਆ? ਕਿਸੇ ਦਲਿਤ ਨੂੰ ਰੋਕ ਆ? ਇੱਥੋਂ ਦਾ ਰਾਸ਼ਟਰਪਤੀ ਸ਼ਰਮਨਾਕ ਹੋ ਗਿਆ, ਉਹਨੂੰ ਮੰਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਲੋਕ ਇਹ ਗੱਲ ਸਮਝਣਗੇ ਜਿਹੜੇ ਸਾਨੂੰ ਖਾਲਿਸਤਾਨ ਦੀ ਗੱਲ ਕਰਦੇ ਨੇ, ਜਦੋਂ ਕਿ ਤੁਹਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ, ਮੈਂ ਖਾਲਿਸਤਾਨ ਦੇ ਨਾਲ ਸਮਰਥਕ ਨਹੀਂ ਹਾਂ, ਪਰ ਤੁਹਾਡੇ ਦੇਸ਼ ਦਾ ਸੰਵਿਧਾਨ ਕਹਿੰਦਾ, ਇਸ ਸੰਵਿਧਾਨ ਦੇ ਵਿੱਚ ਵੋਟਾਂ ਚੁਣ ਕੇ ਆਇਆ ਸਿਮਰਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦਾ? ਮਾੜੀ ਮੋਟੀ ਸ਼ਰਮ ਕਰੋ। ਸਿੱਖਾਂ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੀ ਭੱਦੀ ਭਾਸ਼ਾ ਨਾ ਵਰਤੋ। ਇਸ ਦੇਸ਼ ਨੂੰ ਸਿੱਖਾਂ ਨੇ ਇੱਥੇ ਖੜ੍ਹਾ ਕੀਤਾ, ਸਿੱਖਾਂ ਨੇ ਇਹਨੂੰ ਯਾਦ ਰੱਖਿਆ। ਅੱਜ ਬਾਰਡਰ 'ਤੇ, ਚਾਈਨਾ ਦੇ ਬਾਰਡਰ 'ਤੇ ਲੋੜ ਪੈਂਦੀ ਹੈ ਤਾਂ ਕੌਣ ਜਾਂਦਾ? ਉਹ ਸਿੱਖ ਹੈ, ਉਹ ਖਾਲਿਸਤਾਨੀ ਹੈ। ਇੱਥੇ ਇੱਕ ਨੌਜਵਾਨ ਜਿਹੜਾ ਪੰਜਾਬ ਦਾ, ਜੇ ਉਹਦੇ ਹੱਥੋਂ ਕੈਸ਼ ਛੁੱਟ ਜਾਂਦਾ, ਸ਼ਰਮ ਕਰੋ। ਉਸ ਨੌਜਵਾਨ ਜਿਹਨੇ ਇੰਡੀਆ ਦੀ ਟੀਮ ਨੂੰ ਕਈ ਵਾਰ ਜਿਤਾਇਆ, ਉਸ ਨੂੰ ਤੁਸੀਂ ਖਾਲਿਸਤਾਨੀ ਦਾ ਗਰਦਾਨ ਤਾਂ ਕੌਣ ਲੋਕ ਹੋ ਤੁਸੀਂ? ਤੁਸੀਂ ਇਹ ਦੇਸ਼ ਦੇ ਗਦਾਰ ਹੋ ਜਿਹੜੇ ਅੱਜ ਸਿੱਖਾਂ ਨੂੰ ਖਾਲਿਸਤਾਨੀ ਦਾ ਨਾਂ ਦੇ ਕੇ ਵੱਖਵਾਦ ਦੀ ਗੱਲ ਕਰਦੇ ਹੋ। ਸ਼ਰਮ ਹੋਣੀ ਚਾਹੀਦੀ ਹੈ ਸਾਨੂੰ ਇਸ ਗੱਲ 'ਤੇ ਕਿ ਇੱਕ ਅਧਿਕਾਰੀ ਵੱਲੋਂ ਇਸ ਪ੍ਰਕਾਸ਼ਨ ਦੇ ਤੌਰ 'ਤੇ ਇਹ ਗੱਲ ਕੀਤੀ ਗਈ ਹੈ। ਮੈਂ ਫਿਰ ਇਹ ਕਹਿੰਦਾ, ਜਿਹੜਾ ਵੀ ਕੋਈ ਸ਼ਰਧਾਲੂ ਇੱਥੇ ਆਉਂਦਾ, ਇਸ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਪਰਿਵਾਰ ਦਾ ਬੱਚਾ ਜਿਹੜਾ ਉਹ ਰਾਹੁਲ ਗਾਂਧੀ, ਉਹ ਇੱਥੇ ਜਾ ਦੱਸ ਕੇ ਵੀ ਆਇਆ ਅਤੇ ਕਹਿੰਦੇ ਆ ਦੱਸਣ ਤੋਂ ਬਗੈਰ ਵੀ ਆਇਆ, ਕਿਸੇ ਨੂੰ ਰੋਕਿਆ ਨਹੀਂ ਸੀ। ਇੱਥੇ ਕੋਈ ਬੰਦਿਸ਼ ਨਹੀਂ ਹੈਗੀ, ਇਸ ਗੱਲ ਦਾ ਸਤਿਕਾਰ ਕਰੋ।
ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਚਾਰ ਦਰਵਾਜ਼ੇ ਚਾਰ ਵਰਨ ਜਿਹੜੇ ਖੁੱਲ੍ਹੇ ਨੇ, ਉਸ ਗੱਲ ਦਾ ਕਦੇ ਟਵੀਟ ਕਰਨ ਦੀ ਹਿੰਮਤ ਕਰੋ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਿੱਖ ਆ ਜਿਹੜੇ, ਉਹਨਾਂ ਦੇ ਇਤਿਹਾਸ ਨੂੰ ਯਾਦ ਕਰੋ ਕਿ ਇਸ ਦੇਸ਼ ਨੂੰ ਅੱਜ ਵੀ ਜੇ ਯਾਦ ਰੱਖਿਆ ਅਤੇ ਦੱਸੋ ਜਿਹੜਾ ਕ੍ਰਿਕਟਰ ਸੀਗਾ ਉਹਦੇ ਉਹਨੂੰ ਖਾਲਿਸਤਾਨੀ ਕਹਿਣ ਵਾਲੇ ਕੌਣ ਸੀ, ਅਤੇ ਤੁਸੀਂ ਉਸ ਦਾ ਜਵਾਬ ਦਿੱਤਾ ਕਿ ਉਹ ਖਾਲਿਸਤਾਨੀ ਆ, ਕਿ ਉਹ ਵੱਖਵਾਦੀ ਆ, ਅੱਜ ਵੀ ਦੇਸ਼ ਲਈ ਖੇਡ ਰਿਹਾ, ਕੱਢ ਕੇ ਬਾਹਰ ਮਾਰੋ ਉਹਨੂੰ। ਸੋ ਇਸ ਤਰ੍ਹਾਂ ਦਾ ਬਹੁਤ ਗੰਦਾ ਵਿਹਾਰ ਕੀਤਾ ਜਾ ਰਿਹਾ, ਮੈਨੂੰ ਬੜੀ ਸ਼ਰਮ ਆ ਰਹੀ ਹੈ ਕਿ ਉਸ ਟਵੀਟ ਦੇ ਥੱਲੇ ਇਹੋ ਜਿਹੇ ਲੋਕਾਂ ਦੇ ਕਮੈਂਟ ਨੇ। ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਿ ਇਸ ਦੇਸ਼ ਦੇ ਵੱਡੇ ਉੱਚ ਰੁਤਬਿਆਂ 'ਤੇ ਬੈਠੇ ਲੋਕਾਂ ਨਾਲ ਉਹਨਾਂ ਦਾ ਸੰਬੰਧ ਹੈ। ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਹਾਂ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ, ਸਿੱਖਾਂ ਦੇ ਪ੍ਰਬੰਧ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕੀ ਜਿਹੜਾ ਜਿਹੜੇ ਅੱਜ ਪੰਜਾਬ ਦੇ ਅੰਦਰ ਕਿੰਨੇ ਨੌਜਵਾਨ ਹੈ ਜਿਹੜੇ ਇਸ ਤਿਰੰਗੇ 'ਚ ਲਿਪਟ ਕੇ ਆਉਂਦੇ ਨੇ, ਤੁਹਾਡੇ ਦੇਸ਼ ਦੇ ਵੱਲੋਂ ਕਿੰਨੇ ਸਿੱਖ ਨੁਮਾਇੰਦਗੀ ਕਰਦੇ ਨੇ, ਕਿਉਂ ਜੋੜ ਰਹੇ ਹੋ ਤੁਸੀਂ ਤਿਰੰਗੇ ਦੇ ਨਾਲ ਇਹ ਇਸ ਮਾਮਲੇ ਨੂੰ? ਉਸ ਬੱਚੇ ਦੇ ਮੂੰਹ ਦੇ ਉੱਤੇ ਜੇ ਤਿੰਨ ਰੰਗ ਬਣ ਗਏ ਤਾਂ ਇਹਦਾ ਮਤਲਬ ਉਹ ਕਿੰਨਾ ਤਿਰੰਗਾ ਨਹੀਂ ਹੋ ਗਿਆ। ਅਸੀਂ ਫਿਰ ਇਹ ਕਹਿੰਦੇ ਹਾਂ ਕਿ ਹਰ ਅਸਥਾਨ ਦੀ ਇੱਕ ਮਰਿਆਦਾ ਹੁੰਦੀ ਆ, ਇਹਨਾਂ ਗੱਲਾਂ ਨੂੰ ਇਸ ਤਰ੍ਹਾਂ ਨਾ ਜੋੜਿਆ ਜਾਵੇ, ਕਿਉਂਕਿ ਸਿੱਖ ਜਿਹੜੇ ਆ, ਸਿੱਖਾਂ ਨੇ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਅਹਿਸਾਸ ਕਰੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਇਸ ਦੇਸ਼ ਦੀ ਬਹੁ ਗਿਣਤੀ ਲੋਕਾਂ ਦੇ ਜਨੇਊ ਨੂੰ ਬਚਾਉਣ ਵਾਸਤੇ ਕੁਰਬਾਨੀ ਕੀਤੀ। ਬੰਦਾ ਸਿੰਘ ਬਹਾਦਰ ਨੇ ਇੱਥੋਂ ਦੇ ਮੁਗਲਿਆ ਸਲਤਨਤ ਦਾ ਜਿਵੇਂ ਕਹਿ ਦਿੰਦੇ ਆ ਉਹਨਾਂ ਨੇ ਖੁਰਾ ਖੋਜ ਮਿਟਾਇਆ, ਇਹ ਦੇਸ਼ ਆਜ਼ਾਦ ਹੋਣ ਦਾ ਰਸਤਾ ਬਣਾਇਆ। ਸਾਡੇ ਸਿੱਖ ਯੋਧਿਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਦਿੱਲੀ ਤੋਂ ਉਹਨਾਂ ਮੁਗਲਾਂ ਦਾ ਰਾਜ ਖਤਮ ਕੀਤਾ, ਅੱਜ ਭੁੱਲ ਗਏ ਹੋ? ਸਿੱਖਾਂ ਦੀ ਇਸ ਕੁਰਬਾਨੀ ਨੂੰ ਨਾ ਭੁੱਲੋ। ਇਹ ਟਵੀਟ ਕਰਨ ਨਾਲ ਸਿੱਖਾਂ ਦੀ ਉਸ ਕੁਰਬਾਨੀ ਨੂੰ ਨਹੀਂ ਘੱਟ ਕਰ ਸਕਦੇ, ਦੇਸ਼ ਲਈ ਤੁਸੀਂ ਖਤਰਾ ਬਣ ਰਹੇ ਹੋ ਜਿਹੜੇ ਲੋਕ ਇਸ ਤਰ੍ਹਾਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ਾਂ ਕਰ ਰਹੇ ਨੇ। ਮੈਂ ਕਲੀਅਰ ਕਹਿ ਦੇਣਾ ਚਾਹੁੰਦਾ ਹਿੰਦੁਸਤਾਨ ਦੀ ਸਰਕਾਰ ਨੂੰ, ਇਹਨਾਂ ਸਾਜ਼ਿਸ਼ਾਂ ਨੂੰ ਨੱਥ ਪਾਓ, ਇਹਨਾਂ ਸਾਜ਼ਿਸ਼ਾਂ ਵਿੱਚ ਸ਼ਾਮਲ ਨਾ ਹੋਵੋ, ਕਿਉਂਕਿ ਸਿੱਖ ਜਿਹੜੇ ਆ ਉਹ ਆਪਣੇ ਦੇਸ਼ ਦੇ ਲਈ ਇਸ ਦੇਸ਼ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦੇਸ਼ ਦੇ ਵਿੱਚ ਸਿੱਖਾਂ ਲਈ ਨਿਆਂ ਨਹੀਂ ਹੈ, ਇਸ ਗੱਲ ਨੂੰ ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਦਾ, ਪਰ ਇਹ ਸਿੱਖਾਂ ਨੂੰ ਇਸ ਤਰ੍ਹਾਂ ਵੱਖਵਾਦੀ ਕਰਕੇ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਾ ਕਰੋ। ਇਹਨਾਂ ਨੂੰ ਦੂਰ ਕਰੋਗੇ ਤੁਸੀਂ ਦੇਸ਼ ਦੀ ਇਸ ਪ੍ਰਭੂ ਸੱਤਾ ਆਜ਼ਾਦੀ ਤੋਂ ਦੂਰ ਹੋ ਜਾਓਗੇ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ।